ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਨੇ ਸੈਕਿੰਡ ਚਪੈਰਾ ਸਾਹਿਬ ਕਟਿਆ ਤੇ ਸੰਗਤ 500 400 ਤੋਂ ਲੈ ਕੇ 500 ਸੰਗਤ ਗੁਰਦੁਆਰੇ ਆਈ ਹੋਈ ਸੀਗੀ ਤੇ ਬਹੁਤ ਪਿਆਰ ਨਾਲ ਭਿੱਜ ਕੇ ਚਪੈਰਾ ਸਾਹਿਬ ਸਾਤ ਸੰਗਤ ਨੇ ਕਟਿਆ ਜਿਸ ਦਿਨ ਪਹਿਲੇ ਦਿਨ ਚਪੈਰਾ ਸਾਹਿਬ ਕਟਿਆ ਤੇ ਇੱਕ ਭੈਣ ਜੀ ਦੇ ਬੇਟਾ ਹਸਪੀਟਲ ਐਡਮਿਟ ਸੀਗਾ ਤੇ ਉਹਨਾਂ ਨੂੰ ਡਾਕਟਰਾਂ ਨੇ ਜਵਾਬ ਦੇ ਦਿੱਤਾ ਤੇ ਕਹਿੰਦੇ ਵੀ ਮੈਨੂੰ ਇਹ ਸੀ ਕਿਰਨ ਦੇ ਕੋਲ ਮੈਂ ਬੈਠ ਕੇ ਚਪੈਰਾ ਸਾਹਿਬ ਕੱਟਣਾ ਕਿਉਂਕਿ ਉਹਨੇ 9 ਇਅਰਸ ਮਹਾਰਾਜ ਦੀ ਗੋਦ 'ਚ ਬੈਠ ਕੇ ਤਾਬਿਆਂ ਦੇ ਵਿੱਚ ਤੇ ਚਪੈਰੇ ਸਾਹਿਬ ਕੱਟੇ ਨੇ ਤੇ ਮੈਂ ਇੱਥੇ ਮੇਰੀ ਮਹਾਰਾਜ ਨੇ ਮੇਰਾ ਕੰਮ ਜ਼ਰੂਰ ਕਰ ਦੇਣਾ ਮੇਰੇ ਬੇਟੇ ਨੂੰ ਠੀਕ ਕਰ ਦੇਣਗੇ। ਇੰਨੀ ਮਤਲਬ ਉਹ ਪੋਜ਼ਿਟਿਵਿਟੀ ਸੀ ਉਹਨਾਂ ਦੇ ਅੰਦਰ ਤੇ ਕਹਿੰਦੇ ਮੈਂ ਕਿਸੇ ਰਿਸ਼ਤੇਦਾਰ ਨੂੰ ਨਹੀਂ ਫੋਨ ਕੀਤਾ ਮੈਂ ਸਿੱਧਾ ਇੱਥੇ ਚਪੈਰਾ ਸਾਹਿਬ ਕੱਟਣ ਆ ਗਈ। ਤੇ ਕਹਿੰਦੇ ਜਦੋਂ ਮੈਂ ਵਾਪਸ ਗਈ ਹਸਪੀਟਲ ਤੇ ਕਹਿੰਦੇ ਤੁਹਾਡਾ ਬੇਟਾ ਬਿਲਕੁਲ ਠੀਕ ਹੋ ਗਿਆ ਜੀ ਤੇ ਸੈਕਿੰਡ ਚਪੈਰੇ ਸਾਹਿਬ ਇਸ ਚਪੈਰਾ ਸਾਹਿਬ ਤੇ ਉਹ ਭੈਣ ਜੀ ਸ਼ੁਕਰਾਨਾ ਕਰਨ ਆਏ ਤੇ ਤੁਸੀਂ ਦੇਖ ਸਕਦੇ ਲੰਗਰ ਹਾਲ ਦੇ ਵਿੱਚ ਕਿੰਦਾ ਸੰਗਤ ਡਿਸਪਲਨ ਨਾਲ ਬੈਠੀ ਆ ਕੋਈ ਵੀ ਜੋੜੇ ਪਾ ਕੇ ਚੱਪਲ ਪਾ ਕੇ ਗੁਰੂ ਘਰ ਇਹ ਮਰਿਆਦਾ ਨਹੀਂ ਹੈ ਕਿ ਇਸ ਤਰ੍ਹਾਂ ਜਿਉ ਮਰਿਆਦਾ ਪੁਰਾਣੀ ਆ ਪੰਗਤ ਚ ਬੈਠ ਕੇ ਸੰਗਤ ਆਪਣਾ ਪ੍ਰਸ਼ਾਦਾ ਛੱਕ ਰਹੀ ਆ ਬڑے ਡਿਸਪੀਸਪਲਨ ਦੇ ਨਾਲ ਗੁਰਬਾਣੀ ਪੜ੍ਹ ਰਹੀ ਹੈਗੀ ਆ ਲੰਗਰ ਹਾਲ ਦੇ ਵਿੱਚ ਵੀ ਸਿਮਰਨ ਕਰਦਿਆਂ ਹੋਇਆਂ ਨਾਮ ਜਪਦਿਆਂ ਹੋਇਆਂ ਲੰਗਰ ਹਾਲ ਦੇ ਵਿੱਚ ਪ੍ਰਸ਼ਾਦੇ ਤਿਆਰ ਕੀਤੇ ਆ ਕੋਈ ਉੱਥੇ ਵੀ ਜੁੱਤੀ ਪਾ ਕੇ ਨਹੀਂ ਜਾ ਸਕਦਾ ਸੀ ਜਦੋਂ ਦੇਗਾਈ ਤੇ ਬਸ ਇਦਾਂ ਸੀ ਕਿ ਸ਼ਹੀਦ ਸਿੰਘ ਇੰਨੇ ਖੁਸ਼ ਸੀਗੇ ਕਿ ਸੰਗਤ ਵੀ ਦੱਸਦੀ ਹੈ ਕਿ ਜਦੋਂ ਦੇਗਾਈ ਸਾਨੂੰ ਇਦਾਂ ਫੀਲ ਹੋ ਰਿਹਾ ਸੀ ਕਿ ਸ਼ਹੀਦ ਸਿੰਘ ਵੀ ਨਾਲ ਹੀ ਆਗੇ ਹੈਗੇ ਆ ਤੇ ਸੰਗਤ ਦੀਆਂ ਮਾਰੇ ਨੇ ਆਪਣੇ ਆਪ ਹੀ ਝੋਲੀਆਂ ਭਰਨੀਆਂ ਜਦੋਂ ਇੰਨੀ ਸ਼ਰਦਾ ਦੇ ਨਾਲ ਚਪੈਰਾ ਸਾਹਿਬ ਕਟਿਆ ਜਾ ਰਿਹਾ ਹੈਗਾ ਆ ਤੇ 19 ਸ਼ਰਦਾ ਦੇ ਨਾਲ ਸੇਵਾ ਕੀਤੀ ਜਾ ਰਹੀ ਹੈਗੀ ਆ ਕੋਈ ਵੀ ਇੱਥੇ ਜਿੰਨੀ ਸੰਗਤ ਨੇ ਵੀ ਸੇਵਾ ਕੀਤੀ ਹੈਗੀ ਆ ਬੜਾ ਨਾਮ ਜਪਦਿਆਂ ਹੋਇਆਂ ਸੇਵਾ ਕਰ ਰਹੀ ਸੀ ਸੰਗਤ ਕੋਈ ਵੀ ਇੱਥੇ ਘਰੇਲੂ ਗੱਲਾਂ ਨਹੀਂ ਸੀ ਕਰ ਰਹੇ ਹੈਗੇ ਔਰ ਬਹੁਤ ਪਿਆਰ ਦੇ ਨਾਲ ਸੰਗਤ ਨੇ ਸਾਰਾ ਕੰਮ